ਸ਼ਿਕਾ ਦੋਸਤੋ, ਜੰਗ ਢਿੱਲੋ ਭਾਈ ਦਾ ਗਾਣਾ ਆਇਆ ਸਾਹ ਦਾ ਵਸਾਹ ਖੋਈ ਨਾ। ਉਹ ਤਾਂ ਸੱਚੀ ਗੱਲ ਹੈ, ਮੇਰੇ ਸਾਹ ਦਾ ਵੀ ਕੋਈ ਵਸਾਹ ਨਹੀਂ ਅਤੇ ਕਿਸੇ ਦੇ ਸਾਹ ਦਾ ਕੋਈ ਵਸਾਹ ਨਹੀਂ ਹੈਗਾ, ਜਿੰਨੇ ਰੱਬ ਨੇ ਲਿਖਿਆ ਆ ਜਿਨ੍ਹਾਂ 'ਚ ਨਹੀਂ ਆ। ਤਾਂ ਗਾਣੇ ਦਾ ਸਭ ਤੋਂ ਪਹਿਲਾਂ ਬੈਸਟ ਆਵਾਜ਼ ਸੁਣੋ। ਮੁੱਕ ਜਾਂਦੀ ਉਹਦੀ ਮਣਿਆਦ ਵੇ, ਸਾਨੂੰ ਆਸ਼ਕਾਂ ਦਾ ਪੀਰ ਨਾ ਕੋਈ ਲੱਭਿਆ, ਸੁਣ ਲੈ ਜੋ ਸਾਡੀ ਫਰਿਆਦ ਵੇ, ਕਿਹੜੀ ਗੱਲ ਦੀ ਮੈਂ ਸਜ਼ਾ ਦੱਸ ਭੁਗਤਾਂ, ਕੀਤਾ ਵੀ ਗੁਨਾਹ ਕੋਈ ਨਾ। ਤਾਂ ਦੋਸਤੋ, ਇਸ ਗਾਣੇ ਵਿੱਚ ਭਾਈ ਨੇ ਇੱਕ ਗੱਲ ਕਹੀ ਹੋਈ ਕਿ ਸਾਹ ਦਾ ਵਸਾਹ ਕੋਈ ਨਾ। ਇੱਕ ਕੁੜੀ ਦੀ ਫੀਲਿੰਗ ਇੰਨੀ ਜ਼ਿਆਦਾ ਦੱਸੀ ਹੋਈ ਆ ਕਿ ਜਿਹੜੀ ਕੁੜੀ ਇੱਕ ਮੁੰਡੇ ਪਿੱਛੇ, ਇੱਕ ਆਸ਼ਿਕ ਪਿੱਛੇ, ਇੱਕ ਪਤੀ ਪਿੱਛੇ, ਜਾਂ ਇੱਕ ਬਾਹਰ ਗਿਆ ਉਹਦਾ ਪਤੀ 5-7 ਸਾਲ ਤੋਂ ਅਮਰੀਕਾ ਤੋਂ ਨਹੀਂ ਆਇਆ, ਉਹਦੇ ਪਿੱਛੇ ਤੜਫਦੀ ਪਈ ਆ, ਅਤੇ ਉਹਦੀ ਫੀਲਿੰਗ ਨੂੰ ਜੱਜ ਕਰਨ ਲਈ, ਉਹਦੀ ਫੀਲਿੰਗ ਨੂੰ ਡੈਡੀਕੇਟ ਕਰਨ ਲਈ, ਉਹਦੀ ਫੀਲਿੰਗ ਨੂੰ ਸ਼ੋਅ ਕਰਨ ਵਾਸਤੇ ਇਹ ਗਾਣੇ ਨੂੰ ਬਣਾਇਆ ਗਿਆ ਆ, ਜੰਗ ਢਿੱਲੋ ਭਾਜੀ ਸਟਰੀਟ ਬੋਏ ਵੱਲੋਂ। ਅਤੇ ਹੁਣ ਇਸ ਗਾਣੇ ਵਿੱਚ ਉਹਨਾਂ ਸਾਫ਼ ਸਾਫ਼ ਕਿਹਾ ਹੋਇਆ ਹੈ ਕਿ ਮੇਰੇ ਜਿਹੜੇ ਸੁਪਨੇ ਆ ਸਾਰੇ ਚੁਰਾ ਲਾ ਤੂੰ, ਜਿਹੜੇ ਮੈਂ ਸੋਚਦੀ ਰਾਤ ਨੂੰ ਕਿ ਤੇਰੇ ਬਾਰੇ, ਜਲਦੀ ਜਲਦੀ ਆ ਜਾ, ਭਾਵੇਂ ਰਾਤ ਨੂੰ ਆ ਅਤੇ ਭਾਵੇਂ ਦਿਨੇ ਆ, ਬਸ ਆ ਜਾ ਅਤੇ ਮੇਰੇ ਕੋਲ ਆ ਜਾ, ਮੇਰੇ ਸਾਰੇ ਸੁਪਨੇ ਜਿਹੜੇ ਆ ਸੱਚ ਕਰ ਦੇ, ਕਿਉਂਕਿ ਹੁਣ ਤੇਰੇ ਬਿਨਾਂ ਮੈਂ ਕੋਈ ਰਿਹਾ ਨਹੀਂ ਜਾਂਦਾ, ਮੇਰੇ ਸਾਹ ਦਾ ਕੋਈ ਵਸਾਹ ਨਹੀਂ ਹੈਗਾ, ਮੇਰਾ ਸਬਰ ਮੁੱਕ ਚੁੱਕਾ ਆ। ਤਾਂ ਹੁਣ ਇਹ ਗਾਣੇ ਦਾ ਆ ਵੀ ਪਾਠ ਸੁਣੋ। ਅਸੀਂ ਮੰਜ਼ਲਾਂ ਤੋਂ ਪਹਿਲਾਂ ਮੁੱਕ ਜਾਣਾ ਵੇ, ਇੱਕ ਤੇਰੇ ਜੇ ਹੱਥ ਲਾ ਤੇਰਾ ਚੰਦਰਾ, ਜਿਹੜਾ ਦੱਸਦਾ ਨਾ ਪਤਾ ਕੋਈ ਟਿਕਾਣਾ ਵੇ, ਤੇਰੇ ਜੇ ਰਾਜ ਹੱਥੋਂ ਮਾਸੇ ਤੇ ਆ, ਸਾਡੀ ਲੱਭਣੀ ਜ਼ਬਾਨ ਕੋਈ ਨਾ। ਤਾਂ ਦੋਸਤੋ, ਇਸ ਗਾਣੇ 'ਚ ਦੇਖ ਲਓ, ਹੁਣ ਅਗਲੇ ਨੇ ਤਾਂ ਇੱਕ ਕੁੜੀ ਦੀ ਫੀਲਿੰਗ ਸ਼ੇਅਰ ਕਰ ਦਿੱਤੀ, ਲੇਕਿਨ ਆਮ ਜੋ ਕੁੜੀ ਆ, ਆਮ ਕੁੜੀਆਂ ਜਿੱਦਾਂ ਕਿ ਮੰਨ ਲਓ ਕੀ ਕਹਿਣ ਵਿਚਾਰੀਆਂ, ਹੁਣ ਘਰ ਬੜਾ ਆ ਜਾਂ ਪਤੀ ਆ, ਪੈਸੇ ਤਾਂ ਕਮਾਉਣੇ ਜ਼ਰੂਰੀ, ਜ਼ਿੰਦਗੀ 'ਚ ਪੈਸੇ ਜ਼ਰੂਰੀ ਆ। ਹੁਣ ਇਹ ਗਾਣੇ ਤਾਂ ਆ ਕਿ ਕੁੜੀ ਦੀ ਫੀਲਿੰਗ ਸ਼ੇਅਰ ਕੀਤੀ ਆ, ਬਟ ਪੈਸੇ ਕਮਾਉਣ ਵਾਸਤੇ ਪਤੀ ਨੂੰ ਛੱਡਣਾ ਪੈਂਦਾ, ਕਿਉਂਕਿ ਕੱਲ੍ਹ ਨੂੰ ਨਿਆਣੇ ਦਾ ਭਵਿੱਖ ਵੀ ਸੋਚਣਾ, ਜਨਾਨੀ ਦਾ ਭਵਿੱਖ ਵੀ ਸੁਣਨਾ, ਇਹ ਥੋੜ੍ਹੀ ਹੈਗਾ ਕਿ ਹੁਣ ਜ਼ਿੰਦਗੀ ਇੱਦਾਂ ਕੱਢ ਦੇਣੀ ਆ। ਅਤੇ ਇਸ ਕਰਕੇ ਇੱਕ ਪੈਸੇ ਕਮਾਉਣ ਕੇ ਪਤੀ ਦੇ ਤੋਂ ਦੂਰ ਆ ਮੈਡਮ, ਤੇ ਉਹਨਾਂ ਦਾ ਇਹ ਹੈਗੀ ਜਿਹੜੀ ਇਹ ਜ਼ਿੰਦਗੀ ਦੱਸਦੇ ਪਏ ਆ ਕਿ ਫੀਲਿੰਗ ਦੱਸਦੇ ਪਏ ਆ। ਹੁਣ ਗਾਣੇ ਦਾ ਆ ਵੀ ਪਾਠ ਸੁਣ ਲਓ। ਤਾਂ ਮੇਰਾ ਕੋਈ ਨਾ ਸਾਰਖਣੇ ਤੋਂ ਪਹਿਲਾਂ ਜੀ ਸੋਹਣਿਆ, ਸਾਡਾ ਵਸਾ ਕੋਈ ਨਾ, ਤੇ ਸਾਰਖਣੇ ਤੋਂ ਪਹਿਲਾਂ ਆ ਜੀ ਸੋਹਣਿਆ, ਸਾਡਾ ਵਸਾ ਕੋਈ ਨਾ। ਤਾਂ ਜੰਗ ਢਿੱਲੋ ਭਾਜੀ, ਸਤਿ ਸ਼੍ਰੀ ਅਕਾਲ, ਨਮਸਤੇ। ਤੁਹਾਡਾ ਇੱਦਾਂ ਦਾ ਹੀ ਪੰਜਾਬੀ ਇੰਡਸਟਰੀ ਨੂੰ ਗਾਣਾ ਪੇਸ਼ ਕਰਨ ਵਾਸਤੇ ਗਾਣਾ ਬਹੁਤ ਪਿਆਰਾ ਆ। ਹਾਲਾਂਕਿ ਜੇ ਕੱਲ੍ਹ ਨੂੰ ਆਉਣ ਵਾਲੇ ਟਾਈਮ 'ਚ ਗਾਣਾ ਕਿਸੇ ਫਿਲਮ ਵਿੱਚ ਵੀ ਲਿਆ ਜਾਵੇ ਤਾਂ ਗਾਣਾ ਕਾਫੀ ਚੱਲੇਗਾ, ਅਤੇ ਇਸ ਕਰਕੇ ਗਾਣੇ ਨੂੰ ਪਿਆਰ ਦੇ ਸਕਦੇ ਤੁਸੀਂ। ਜੰਗ ਢਿੱਲੋ ਭਾਈ ਦਾ ਗਾਣਾ ਹੈਗਾ ਸਾਹ ਦਾ ਵਸਾਹ ਕੋਈ ਨਾ। ਇੱਕ ਵਾਰੀ ਸਰਚ ਮਾਰੋ ਸਾਹ ਦਾ ਵਸਾਹ, ਐਡ ਲੱਗੀ ਹੋਈ ਆ ਗਾਣੇ ਦੇ, ਜਿਹੜੇ ਚੈਨਲ ਤੋਂ ਭਾਈ ਨੇ ਗਾਣਾ ਪਾਇਆ ਉੱਥੇ 82,000 ਸਬਸਕ੍ਰਾਈਬਰ ਵੀ ਹੈਗੇ ਨੇ। ਤਾਂ ਗਾਣੇ ਨੂੰ ਬੜਾ ਲੋਕਾਂ ਨੇ ਕਮੈਂਟਾਂ 'ਚ ਪਿਆਰ ਵੀ ਦਿੱਤਾ ਹੋਇਆ ਕਿ ਸਿਰਾ ਕੀਤਾ ਹੋਇਆ, ਹੱਥ ਕਰਾਈ ਹੋਈ ਆ। ਧੰਨਵਾਦ ਜੀ।